ਸੋ एवरीवन ਅੱਜ ਦੀ ਕਲਾਸ ਆਪਾਂ ਪੜ੍ਹਾਂਗੇ ਆਈਐਲਐਸ ਲਿਸਨਿੰਗ ਮੈਪ एग्जाम ਦੇ ਵਿੱਚ ਇੱਕ ਗੱਲ ਯਾਦ ਰੱਖਿਓ ਵਨ ਯੂ ਪੀਪਲ ਆਰ ਗੋਇੰਗ ਟੂ ਗਿਵ ਯਰ ਟੈਸਟ ਆਫ ਲਿਸਨਿੰਗ ਲਿਸਨਿੰਗ ਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ ਲਿਸਨਿੰਗ ਚ ਕੱਲੀਆਂ ਤਿੰਨ ਫਿਲਿੰਦਾ ਬਲੈਂਕ ਐਮਸੀਕਿਊ ਤੇ ਮੈਪ ਇਹ ਤਿੰਨ ਚੀਜ਼ਾਂ ਤੋਂ ਬਿਨਾਂ ਲਿਸਨਿੰਗ ਚ ਹੋਰ ਕੋਈ ਚੀਜ਼ ਆਉਂਦੀ ਹੋ ਨਹੀਂ ਹੈਗੀ ਮੈਪ ਇੱਕ ਐਵੇਂ ਦੀ ਚੀਜ਼ ਐ ਕਿ ਜੇ ਤੁਹਾਨੂੰ ਇੱਕ ਵਾਰ ਕਲੀਅਰ ਹੋ ਗਿਆ ਤਾਂ ਤੁਸੀਂ ਪਾਸੋਂ ਜੇ ਕਲੀਅਰ ਨਾ ਹੋਇਆ ਤਾਂ ਤੁਸੀਂ ਯਕੀਨ ਕਰਿਓ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਲਿਸਨਿੰਗ ਕਲੀਅਰ ਨਹੀਂ ਹੁੰਦੀ ਹੈਗੀ ਹੁਣ ਬਹੁਤ ਬੱਚੇ ਕਹਿੰਦੇ ਹੋਣਗੇ ਕਿ ਸਰ ਲਿਸਨਿੰਗ ਨੂੰ ਕਲੀਅਰ ਕਰਨ ਦੇ ਲਈ ਕਰਨਾ ਕੀ ਕੀ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈਗੀ ਤਾਂ ਸਭ ਤੋਂ ਪਹਿਲੀ ਚੀਜ਼ ਆਪਣੇ ਕੋਲ ਇੱਕ ਮੈਪ ਦਿੱਤਾ ਹੋਇਆ ਐ ਇਧਰ ਆਪਣੇ ਕੋਲੇ ਪਲੇਸਿਸ ਦਿੱਤੀਆਂ ਹੋਈਆਂ ਨੇ ਆਪਾਂ ਨੇ ਕੀ ਕਰਨਾ ਹੈਗਾ ਜਸਟ ਇਹ ਦੇਖਣਾ ਹੈਗਾ ਵੀ ਕਿਹੜੀ ਜਗ੍ਹਾ ਕਿੱਥੇ ਐ ਨੰਬਰ 1 ਇਹਦੇ ਰੂਲ ਕੀ ਨੇ ਸੀਕੁਐਂਸ 'ਚ ਚੱਲੂਗਾ ਨੰਬਰ 1 ਸੀਕੁਐਂਸ 'ਚ ਨੰਬਰ 2 ਜੇ ਕੋਈ ਵੀ ਬੱਚਾ ਇੱਕ ਵਾਰ ਮੈਪ ਤੋਂ ਠਟਕ ਗਿਆ ਉਹ ਕਦੇ ਵੀ ਮੈਪ ਕਲੀਅਰ ਨਹੀਂ ਕਰ ਸਕਦਾ ਕਲੀਅਰ ਕਰਨ ਦਾ ਤਰੀਕਾ ਸਮਝਾਉਣਾ ਪੁੱਤ ਕੀ ਹੈਗਾ ਦੇਖੋ ਆਪਾਂ ਇੱਧਰ ਦੇਖਣਾ ਵੀ ਕੀ ਕੀ ਚੀਜ਼ਾਂ ਨੇ ਨੰਬਰ 1 ਆਪਾਂ ਨੂੰ ਕੀ ਦਿਖ ਰਿਹਾ ਇੱਥੇ ਸਕੂਲ ਸਕੂਲ ਹੈਗਾ ਆ ਰੋਡ ਕਿਹੜਾ ਆਪਣਾ ਸਕੂਲ ਰੋਡ ਹੈ ਇੱਥੇ ਆਪਣੇ ਕੋਲੇ ਸੁਪਰਮਾਰਕੀਟ ਹੈ ਪਰ ਇਹ ਗੱਲ ਯਾਦ ਰੱਖੋ ਸੁਪਰਮਾਰਕੀਟ ਦਾ ਇੱਧਰ ਵੀ ਹੈ ਪਰ ਇਹ ਸੁਪਰਮਾਰਕਟ ਜਿਹੜੀ ਹੈ ਸਕੂਲ ਰੋਡ ਵਾਲਿਆਂ ਦੀ ਹੈ ਇਹ ਸੁਪਰਮਾਰਕਟ ਹਾਈ ਸਟਰੀਟ ਵਾਲਿਆਂ ਦੀ ਹੈ ਆ ਕੀ ਹੋ ਗਿਆ ਕੇਮਿਸਟ ਇਹ ਕੀ ਹੋ ਗਿਆ ਬੈਂਕ ਇਹ ਕੀ ਹੋ ਗਿਆ ਇਹ ਕੀ ਹੈ ਬਸ ਮਤਲਬ ਆਪਣੇ ਕੋਲ ਲਗਭਗ ਇੰਨੀ ਇੱਕ ਚੀਜ਼ਾਂ ਨੇ ਆਪਾਂ ਲੱਭਣਾ ਕੀ ਕੀ ਹੈ ਨਿਊ ਟ੍ਰੈਫਿਕ ਲਾਈਟ ਪੈਡੈਸਟਰੀਅਨ ਕ੍ਰੋਸਿੰਗ ਪਾਰਕਿੰਗ ਅਲਾਉਡ ਨਿਊ ਨੋ ਪਾਰਕਿੰਗ ਸਾਈਨ ਨਿਊ ਡਿਸੇਬਲਡ ਪਾਰਕਿੰਗ ਸਪੈਸ wide and payment lorry loading unloading restriction ਤੁਹਾਨੂੰ ਮੈਂ ਤਰੀਕਾ ਸਿਖਾਉਣਾ ਕਿ ਜਦੋਂ ਲਿਸਨਿੰਗ ਚੱਲੂਗੀ ਨਾ ਤਾਂ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਮੈਂ ਤੋੜ ਕੇ ਦਿਖਾਉਂਗਾ ਕਿ ਕਿਸ ਤਰੀਕੇ ਨਾਲ ਆਪਾਂ ਸਾਰੇ ਚੋ ਸਾਰੇ ਠੀਕ ਕਰਨੇ ਨੇ 9 ਚੋ 9 ਦੀ ਆਸ ਰੱਖਦੇ ਹੋਗੇ yes ਹੈਗੀ ਹੈ ਚਲੋ ਜੇ ਆਸ ਰੱਖਦੇ ਹੋ ਫਿਰ ਤੁਹਾਨੂੰ ਮੈਂ ਵਿਦ ਸਬਟਾਈਟਲ ਪੜਾਉਂਗਾ ਇੱਕ ਇੱਕ ਅੱਖਰ ਕਲੀਅਰ ਕਰਾਉਂਗਾ ਫਿਰ ਤੁਸੀਂ ਦੇਖਿਓ ਵੀ ਮੈਂ ਤੁਹਾਨੂੰ ਦੱਸੂਗਾ ਵੀ ਦੇਖੋ ਉਹ ਉਰੇ ਆ ਗਿਆ ਉਹ ਇੱਥੇ ਆ ਗਿਆ ਉਹ ਇੱਥੇ ਆ ਗਿਆ ਤੁਹਾਨੂੰ ਪਤਾ ਲੱਗੇਗਾ ਕਿ ਲਿਸਨਿੰਗ ਕਿਵੇਂ ਕਲੀਅਰ ਕਰੀਦੀ ਹੈ ਰੈਡੀ ਸਾਰੇ ਕਰ ਸਟਾਰਟ ਯੈਸ ਸਰ ਚਲੋ ਜੀ ਆਪਾਂ ਸਬਟਾਈਟਲ ਤੁਹਾਡੇ ਲਈ ਔਨ ਕਰਤੇ ਤੇ ਇਵਨ ਸਬਟਾਈਟਲ ਦੇ ਵਿੱਚ ਮੈਂ ਤੁਹਾਨੂੰ ਆਪਸ਼ਨ ਦੇ ਕੇ ਸਾਈਜ਼ ਜਿਹੜਾ ਇਹਨਾਂ ਦਾ ਉਹ ਵੀ ਵੱਡਾ ਕਰਤਾ ਠੀਕ ਹੈ ਸੁਣਦੇ ਆਪਾਂ ਕੀ ਚੀਜ਼ ਹੈ ਸੌਰੀ ਜੀ اوکے سو دس سلائیڈ شوز ا میپ اف دی سینٹرل ایریا اف گرینفورد ہاں چلو جڑی اے سلائیڈ ہے اے اپنوں شو کرے گی ایک میپ ہے گرینفورد دا ٹھیک ہے دی ہائی اسٹریٹ ان دی مڈل اینڈ سکول روڈ অন دی رائٹ دیکھو ہائی اسٹریٹ کی ہے او مڈل دے وچ سی گی سکول روڈ کدھے سی گا او سائیڈ تے سی اپنے رائٹ ہینڈ لگا سی گا تھوڑا سائز ای دا چھوٹا کر دنے ہاں ا دیٹس سو کے 300 172 یس Now we already have a set of traffic lights in the high street. ਸਾਡੇ ਕੋਲੇ ਨਾ ਹਾਈ ਸਟਰੀਟ ਦੇ ਵਿੱਚ ਆਲਰੇਡੀ ਟ੍ਰੈਫਿਕ ਲਾਈਟਸ ਹੈਗੀਆਂ ਨੇ। ਇਹ ਕਹਿੰਦਾ ਕਿਉਂਕਿ ਆਪਾਂ ਨੂੰ ਪਹਿਲਾ ਕੁਐਸਚਨ ਕੀ ਹੈ ਨਿਊ ਟ੍ਰੈਫਿਕ ਲਾਈਟ ਕਿਉਂਕਿ ਪਹਿਲੇ ਕੁਐਸਚਨ 'ਚ ਨਹੀਂ ਇਹ ਤਾਂ ਕਹਤਾ ਨਾ ਵੀ ਸਾਡੇ ਕੋਲੇ ਟ੍ਰੈਫਿਕ ਲਾਈਟਸ ਹੈਗੀਆਂ ਨੇ ਆਪਾਂ ਨੂੰ ਚਾਹੀਦੀਆਂ ਨੇ ਨਿਊ ਟ੍ਰੈਫਿਕ ਲਾਈਟ ਕਿੱਥੇ ਆਉਣਗੀਆਂ ਹੁਣ ਦੇਖੋ ਕੀ ਕਹਿੰਦਾ ਹੈ ਜੰਕਸ਼ਨ ਵਿਥ ਸਟੇਸ਼ਨ ਰੋਡ ਹਾਂ ਸਾਡੇ ਕੋਲੇ ਜੰਕਸ਼ਨ ਤੇ ਸਟੇਸ਼ਨ ਰੋਡ ਤੇ ਕਿਤੇ ਜਿਵੇਂ ਸਟੇਸ਼ਨ ਰੋਡ ਆ ਰਿਹਾ ਹਾਈ ਸਟਰੀਟ ਆ ਰਿਹਾ ਲਗਭਗ ਇਧਰਲੀ ਸਾਈਡ ਤੇ ਸਾਡੇ ਕੋਲੇ ਲਾਈਟਸ ਹੈਗੀਆਂ ਨੇ ਆਪਾਂ ਇਹ ਦੇਖਾਂਗੇ ਕਿ ਨਵੀਆਂ ਲਾਈਟ ਕਿੱਥੇ ਆ ਰਹੀਆਂ ਨੇ ਚਲੋ ਹਾਂ ਮਤਲਬ ਦੇਖੋ ਹੁਣ ਇਹ ਕਿਹਾ ਨਾ ਸਾਡੇ ਕੋਲੇ ਸਟੇਸ਼ਨ ਰੋਡ ਤੇ ਹਾਈ ਸਟਰੀਟ ਤੇ ਤਾਂ ਹੈਗਾਗਾ ਹੁਣ ਅਸੀਂ ਦੂਜੇ ਐਂਡ ਦੇ ਉੱਤੇ ਨਵੀਆਂ ਲਾਈਟਾਂ ਲਾਉਣ ਨੂੰ ਫਿਰਦੇ ਹਾਂ ਠੀਕ ਹੈ ਅਨਦਰ ਸੈਟ ਐਟ ਦਾ ਅਦਰ ਐਂਡ ਅਦਰ ਐਂਡ ਕੀ ਹੋ ਗਿਆ ਦੂਜਾ ਐਂਡ ਦੇਖੀਏ ਕਿੱਥੇ ਐਟ ਐਟ ਸਕੂਲ ਰੋਡ ਜੰਕਸ਼ਨ ਸਕੂਲ ਰੋਡ ਜੰਕਸ਼ਨ ਤੇ ਸਕੂਲ ਰੋਡ ਜੰਕਸ਼ਨ ਦਾ ਮਤਲਬ ਪਤਾ ਕੀ ਹੁੰਦਾ ਹੈਗਾ ਆਪਾਂ ਨੂੰ ਪਤਾ ਲੱਗੇ ਵੀ ਆਹ ਸਕੂਲ ਰੋਡ ਹੈ ਇੱਥੇ ਕਿਤੇ ਨਵੀਆਂ ਲਾਈਟਾਂ ਲਾਉਣਗੇ ਹੁਣ ਆਪਾਂ ਦੇਖੀਏ ਨਸੀ ਵੀ ਸਕੂਲ ਰੋਡ ਦੇ ਕਿਹੜੀ ਜਗ੍ਹਾ ਤੇ ਲਾਈਟਾਂ ਲੱਗਣਗੀਆਂ वेरी ਗੁੱਡ ਜਿਹਦੇ ਨਾਲ ਸਕੂਲ ਰੋਡ ਤੇ ਹਾਈ ਸਟਰੀਟ ਦੋਨਾਂ ਦੀ ਟ੍ਰੈਫਿਕ ਰੁਕੇ ਤਾਂ ਕਿਹੜੀ ਜਗ੍ਹਾ ਲੱਗਦੀ ਹੈ E ਐਕਿਊਰੇਟ ਆਂਸਰ ਆ ਗਿਆ E ਧਿਆਨ ਨਾਲ ਸੁਣੋ ਉਹ ਕਹਿੰਦਾ ਵੀ ਅਸੀਂ ਨਵਾਂ ਸੈਟਅਪ ਲਾਣੇ ਸਭ ਤੋਂ ਪਹਿਲਾਂ ਕਲੂ ਪਤਾ ਕੀ ਸੀਗਾ ਉਹ ਕਹਿੰਦਾ ਵੀ ਹਾਈ ਸਟਰੀਟ ਤੇ ਸਟੇਸ਼ਨ ਰੋਡ ਤੇ ਤਾਂ ਲੱਗਿਆ ਹੋਇਆ ਸੀ ਅਸੀਂ ਦੂਜੇ ਐਂਡ ਤੇ ਲਾਵਾਂਗੇ ਦੂਜਾ ਐਂਡ ਕਿਤੇ ਨਾ ਕਿਤੇ ਆ ਸੀਗਾ ਸਕੂਲ ਰੋਡ ਜੰਕਸ਼ਨ ਤੋਂ ਲੈ ਕੇ ਜਿਹੜਾ ਹਾਈ ਸਟਰੀਟ ਨੂੰ ਵੀ ਕਵਰ ਕਰੇ ਸਕੂਲ ਰੋਡ ਨੂੰ ਵੀ ਕਵਰ ਕਰੇ ਤਾਂ ਲਾਈਟਾਂ ਆ ਗਈਆਂ ਬੱਚੇ ਇੱਥੇ ਤਾਂ ਐਕਿਊਰੇਟ ਪਹਿਲਾ ਆਂਸਰ ਕੀ ਬਣ ਗਿਆ E ਹੁਣ ਦੂਜਾ ਨਾਦ ਇਹਨਾਂ ਨੇ ਪੈਡੈਸਟਰੀਅਨ ਕਰਾਸਿੰਗ ਦਿੱਤਾ ਹੋਇਆ ਆਪਾਂ ਜੇ ਚੇਂਜ ਕਰਿਆ ਉਹਨੇ ਪੈਡੈਸਟਰੀਅਨ ਕਰਾਸਿੰਗ ਤਾਂ ਸਮਝ ਜਾਗੇ ਕਿ ਪਹਿਲਾ ਆਨਸਰ ਖਤਮ ਹੋ ਗਿਆ ਵੀ ਡਿਸਾਈਡਡ ਵੀ ਡੈਫਨਿਟਲੀ ਨੀਡ ਅ ਪੈਡੈਸਟਰੀਅਨ ਕਰਾਸਿੰਗ ਆਪ ਨੂੰ ਪਤਾ ਲੱਗਿਆ ਕਿ ਹੁਣ ਅਸੀਂ ਪੈਡੈਸਟਰੀਅਨ ਕਰਾਸਿੰਗ ਦੀ ਗੱਲ ਕਰਨ ਲੱਗੇ ਆ ਕਿ ਇਹ ਕਿੱਥੇ ਹੈ ਵੀ ਕਨਸੀਡਰ ਪੁੱਟਿੰਗ ਥਿਸ ਔਨ ਸਕੂਲ ਰੋਡ ਅਸੀਂ ਇਹਨੂੰ ਕਨਸੀਡਰ ਕੀਤਾ ਪਾਸਟ ਹੈ ਸੈਕੰਡ ਫਾਰਮ ਹੈ ਵੀ ਕਨਸੀਡਰਡ ਪੂਟਿੰਗ ਥਿਸ ਔਨ ਸਕੂਲ ਰੋਡ ਅਸੀਂ ਸੋਚਿਆ ਕਿ ਇਹਨੂੰ ਅਸੀਂ ਕਿੱਥੇ ਲਾ ਦਈਏ ਸਕੂਲ ਰੋਡ ਦੇ ਉੱਤੇ ਲਾ ਦਈਏ ਫਿਰ ਅਗੇ ਜਸਟ ਆਊਟਸਾਈਡ ਦਾ ਸਕੂਲ ਬਹੁਤ ਬੱਚਿਆਂ ਦੇ ਦਿਮਾਗ 'ਚ ਗਿਆ ਗਿਆ ਪਰ ਇਹ ਤਾਂ ਕਹਿ ਰਿਹਾ ਅਸੀਂ ਕਨਸੀਡਰ ਕੀਤਾ ਸੀ ਸੋਚਿਆ ਸੀ ਲਾਈਆਂ ਤਾਂ ਨਹੀਂ ਹੁਣ ਦੇਖੋ ਕਨਫਿਊਜ਼ ਕਰਕੇ ਲਾਊਗਾ ਕਿੱਥੇ ਬੁਰੀ ਨਹੀਂ ਹੈ ਬਟ ਬਟ ਦਾ ਮਤਲਬ ਕੀ ਹੋ ਗਿਆ ਪਰ ਇਹਦਾ ਪਹਿਲੀ ਵਾਰ ਨਿਕਲ ਗਿਆ ਹੁਣ ਕਹਿੰਦਾ ਪਰ ਕੀ ਹੋਇਆ ਇਨ ਦਾ ਐਂਡ ਵੀ ਡਿਸਾਈਡਡ ਥੈਟ ਕੁਡ ਲੀ ਟੂ ਅ ਲੋਟ ਆਫ ਟਰੈਫਿਕ ਕੰਜੈਸ਼ਨ ਹਾਂ ਫਿਰ ਉਹਦੇ ਨਾਲ ਤਾਂ ਟਰੈਫਿਕ ਕੰਜੈਸ਼ਨ ਹੋ ਜੂਗਾ ਨਾ ਜੇ ਅਸੀਂ ਉੱਤੇ ਪੈਡੈਸਟਰੀਅਨ ਕਰ ਲਿਆ ਫਿਰ ਕਿੱਥੇ ਲਾਈਆਂ ਸੋ ਵੀ ਡਿਸਾਈਡਡ ਟੂ ਲੋਕੇਟ ਇਟ ਓਨ ਦਾ ਹਾਈ ਸਟਰੀਟ ਸਾ ਅਸੀਂ ਨੂੰ ਸੋਚਿਆ ਵੀ ਅਸੀਂ ਨੂੰ ਲਾਵਾਂਗੇ ਹਾਈ ਸਟਰੀਟ 'ਚ ਹੁਣ ਹਾਈ ਸਟਰੀਟ ਆਪਣੇ ਕੋਲੇ ਆ ਹੈ ਈ ਆਲਰੇਡੀ ਹੋ ਗਿਆ ਬਚਿਆ ਕੀ ਕੀ ਡੀ ਬੀ ਏ ਇਹਨਾਂ ਚੋਂ ਦੇਖੀ ਕਿੱਥੇ ਲਾਊਗਾ ਇਹ crossing the road in front of the supermarket 啊 crossing da road front of the supermarket supermarket aa reha da supermarket de bilkul front te kiah agaya accurate answer aa gaya pehle da answer e nikleya ohna ne dono nu match kareya school road te high street nu dooje da nikleya that is called d confuse karn wale bahut bacche bye mistake kii la ke aunde kyunki ohna nu confuse karta si unne chalo agli cheez kiah Area, so parking present, allowed ਕਿੱਥੇ parking allow ਕਰੀ ਜਾਊਗੀ ਹਾਂ ਬਹੁਤ ਬਿਜ਼ੀ ਏਰੀਆ ਸੋ ਇਟ ਸ਼ੁੱਡ ਹੈਲਪ ਥਿੰਗਸ ਥੇਰ ਹਾਂ ਬਹੁਤ ਬਿਜ਼ੀ ਏਰੀਆ ਹੈ ਉੱਥੇ ਹੈਲਪ ਹੋ ਜੇਗੀ ਵੇ ਆਰ ਪ੍ਰੋਪੋਜ਼ਿੰਗ ਸਮ ਚੇਂजेस ਟੂ ਪਾਰਕਿੰਗ ਹਾਂ ਅਸੀਂ ਪ੍ਰੋਪੋਜ਼ ਕਰ ਰਹੇ ਹਾਂ ਕੁਝ ਕ ਚੇਂजेस ਕਿੱਥੇ ਪਾਰਕਿੰਗ ਦੇ ਵਿੱਚ ਕਰਜ਼ਨਟ ਪਾਰਕਿੰਗ ਇਜ਼ਨਟ ਅਲਾਉਡ ਔਨ ਦਾ ਹਾਈ ਸਟਰੀਟ ਪਾਰਕਿੰਗ ਇਜ਼ ਨਾਟ ਅਲਾਉਡ ਪਾਰਕਿੰਗ ਅਲਾਉਡ ਨਹੀਂ ਹੈਗੀ ਔਨ ਦਾ ਹਾਈ ਸਟਰੀਟ ਆਊਟਸਾਈਡ ਆਊਟਸਾਈਡ ਕਿੱਥੇ ਆਊਟਸਾਈਡ ਦਾ ਲਾਇਬ੍ਰੇਰੀ ਆਊਟਸਾਈਡ ਦਾ ਲਾਇਬ੍ਰੇਰੀ ਇਸ ਟਾਈਮ ਹਾਈ ਸਟਰੀਟ ਤੇ ਲਾਇਬ੍ਰੇਰੀ ਦੇ ਬਾਹਰ ਪਾਰਕਿੰਗ ਅਲਾਉਡ ਨਹੀਂ ਹੈਗੀ ਅੱਗੇ ਕੀ ਕਹਿੰਦਾ ਹੈ ਵੀ ਆਰ ਗoing ਟੂ ਚੇਂਜ ਥੈ ਅਸੀਂ ਚੇਂਜ ਕਰਨ ਲੱਗੇ ਆ ਅਲਾਉ ਪਾਰਕਿੰਗ ਥੇ ਅਲਾਉ ਪਾਰਕਿੰਗ ਥੇ ਮਤਲਬ ਅਸੀਂ ਲਾਇਬ੍ਰੇਰੀ ਦੇ ਬਾਹਰ ਪਾਰਕਿੰਗ ਨੂੰ ਅਲਾਉ ਕਰਵਾਵਾਂਗੇ ਤਾਂ ਐਕੂਰੇਟ ਆਂਸਰ ਕੀ ਬਣ ਗਿਆ ਬੀ ਪਹਿਲਾਂ ਉਹਨੇ ਕਿਹਾ ਵੀ ਉੱਥੇ ਪਾਰਕਿੰਗ ਅਲਾਉਡ ਨਹੀਂ ਹੈਗੀ ਪਰ ਅਸੀਂ ਇਹਨੂੰ ਚੇਂਜ ਕਰ ਰਹੇ ਹਾਂ ਤੇ ਅਸੀਂ ਉੱਥੇ ਪਾਰਕਿੰਗ ਕਰਾਵਾਂਗੇ ਤਾਂ ਜਿਹੜੀ ਪਾਰਕਿੰਗ ਅਲਾਉਡ ਕਿੱਥੇ ਹੋਗੀ ਲਾਇਬ੍ਰੇਰੀ ਦੇ ਅੱਗੇ ਬੀ ਅੱਗੇ ਕੀ ਆ ਗਿਆ ਨਿਊ ਨੋ ਪਾਰਕਿੰਗ ਸਾਈਨ ਦੇਖੀਏ ਕਿੱਥੇ ਲੱਗੂਗਾ ਨਿਊ ਨੋ ਪਾਰਕਿੰਗ ਸਾਈਨ ਹਾਂ ਨਵਾਂ ਪਾਰਕਿੰਗ ਸਾਈਨ ਹੈ ਜੋ ਵੀ ਹੈ ਉਹਦੀ ਟਾਕ ਹੈ ਉਹ ਦੇਖੀਏ ਕੀ ਕਹਿੰਦੇ ਆ ਇਹ on school road ਹਾਂ on school road ਆਪ ਨੂੰ ਪਤਾ ਲੱਗਿਆ ਵੀ ਨਿਊ ਨੋ ਪਾਰਕਿੰਗ ਸਾਈਨ ਹੈ ਜਿਹੜਾ ਉਹ ਸਕੂਲ ਰੋਡ ਤੇ ਆਉਣੇਗਾ just by the entrance to the school just by the entrance of the school ਮਤਲਬ ਕਿੱਥੇ ਆ ਗਿਆ ਜੀ ਜੀ ਐਕੂਰੇਟ ਆਨਸਰ ਇਹਦਾ ਜੀ ਆਇਆ ਹੁਣ ਜੇ ਕੋਈ ਬੱਚਾ ਬਾਇਓਮੈਸਟਿਕ ਉਹਦਾ ਜੀ ਪਾ ਲੰਦਾ ਉਹ ਉਧਰ ਜੀ ਕਰਦਾ ਇਧਰ ਜੀ ਕਰਦਾ ਉਹਦੇ ਬਾਹਰ ਜਾਣ ਵੀ ਤਾਂ ਜੀ ਕਰਦਾ ਹੈਨਾ ਤਾਂ ਡੈਫੀਨਿਟਲੀ ਤਾਂ ਉਹਦਾ ਜੀ ਕਿਸੇ ਪਾਸੇ ਨੂੰ ਹੋਰ ਕੀ ਹੋਏਗਾ ਤਾਂ ਆਓ ਉਹਨੇ ਕੀ ਕਹਿਆ ਸੀ ਐਂਟ੍ਰੈਂਸ ਲਾਵਾਂਗੇ ਸਕੂਲ ਫਾਰਬਿਡਿੰਗ ਫਾਰਬਿਡਿੰਗ ਹੁੰਦਾ ਹੈ ਮਨਾ ਕਰਨਾ ਰੋਕਣਾ ਕਿਸੇ ਚੀਜ਼ ਨੂੰ ਫਾਰਬਿਡਿੰਗ ਪਾਰਕਿੰਗ ਫਾਰ 25 ਮੀਟਰ ਵੀ 25 ਮੀਟਰ ਸਕੂਲ ਦੇ ਨੇੜੇ ਜਿਹੜੇ ਕੋਈ ਪਾਰਕਿੰਗ ਨਾ ਹੋਵੇ ਇਸ ਕਰਕੇ ਅਸੀਂ ਉੱਥੇ ਲਾਵਾਂਗੇ ਉਸ ਤੋਂ ਅਗਲਾ ਕੀ ਆ ਗਿਆ ਨਿਊ ਡਿਸੇਬਲਡ ਪਾਰਕਿੰਗ ਸਪੇਸਿਸ This should improve visibility for drivers and pedestrians ਹਾਂ ਪੈਡੈਸਟਰੀਅਨਸ ਉਹਨੇ ਜਿਹੜੇ ਤੁਰ ਕੇ ਜਾਂਦੇ ਨੇ ਪੈਡੈਸਟਰੀਅਨਸ ਉਹਨਾਂ ਨੂੰ ਕਹਿੰਦੇ ਨੇ especially on the bend just to the north of the school हां बिल्कुल बेंड है जिथे नॉर्थ ऑफ द स्कूल as far as disabled driver is are... disabled driver आपण पता लगे ना क्वेश्चन की अपना disabled आपा ए देखेंगे की ये किथे आ disabled driver दी गल एस्टे मोने कोले जेडी पार्किंग है ना वो आउटसाइड द सुपरमार्केट है बट आ मैप च बट बड़ा कुछ करदे ना ਚਲੋ ਦੇਖੀਏ ਬਟ ਕੀ ਕਹਿੰਦਾ ਬਟ ਲੋਰੀਜ਼ ਆਲਸੋ ਯੂਜ਼ ਦੋ ਸਪੇਸਿਸ ਤੁਹਾਨੂੰ ਪਤਾ ਹੈ ਲੋਰੀਜ਼ ਲੋਰੀਜ਼ ਹੈ ਅੰਗਰੇਜ਼ੀ ਦਾ ਵਰਡ ਹੈ ਆਪਣੇ ਪੰਜਾਬੀ ਕਹਿੰਦੇ ਆਗੀ ਰੋਡ ਵੇਜ ਦੀ ਲਾਰੀ ਹੈ ਨਾ ਆਪਣੇ ਲਾਰੀ ਕਹਿੰਦੇ ਨੇ ਹੁੰਦਾ ਲੋਰੀ ਇਹ ਤਾਂ ਲੋਰੀ ਕਹਿੰਦਾ ਹੁਣ ਇਹ ਦੇਖੀਏ ਕਿੱਥੇ ਹੋ ਗਈ ਸੁਪਰਮਾਰਕਟਸ ਬਟ ਆਲਸੋ ਯੂਜ਼ ਸਪੇਸਿਸ ਸੋ ਸੋ ਵੀ ਗਾਟ ਟੂ ਨਿਊ ਡਿਸੇਬਲਡ ਪਾਰਕਿੰਗ ਸਪੇਸਿਸ ਓਨ ਦ ਸਾਈਡ ਰੋਡ ਔਪ ਟੂਵਰਡਸ ਦ ਬੈਂਕ ਸਾਈਡ ਰੋਡ ਟੁਵਾਰਡਸ ਦਾ ਬੈਂਕ ਤਾਂ ਡੈਫੀਨਿਟਲੀ ਟੁਵਾਰਡਸ ਦਾ ਬੈਂਕ ਕਿਉਂ ਇਥੇ ਹੋਰ ਤਾਂ ਕੁਝ ਹੈ ਨਹੀਂਗਾ ਬੱਚਿਆ ਕੀ ਸੀ ਐਕਿਊਰੇਟ ਅਨਸਰ ਆ ਗਿਆ ਸੀ ਤੁਸੀਂ ਇਹ ਦੇਖੋ ਨਿਊ ਟ੍ਰੈਫਿਕ ਸਾਈਨ ਲਾਈਟਸ ਆਪਾਂ ਨੂੰ ਪਤਾ ਲੱਗੀਆਂ E ਤੇ ਪੈਡੈਸਟੀਅਨ ਕ੍ਰੋਸਿੰਗ D ਤੇ ਲੱਗਿਆ ਉਹਨੇ ਸੁਪਰਮਾਰਕਟ ਦੇ ਫਰੰਟ ਆਫ ਕਿਹਾ ਪਾਰਕਿੰਗ ਅਲਾਉਡ ਉਥੇ ਲਾਇਬ੍ਰੇਰੀ ਦੇ ਬਾਹਰ ਕਰੀ ਉਹਨਾਂ ਨੇ ਨਿਊ ਨੋ ਪਾਰਕਿੰਗ ਸਾਈਨ ਕਿੱਥੇ ਕਰਿਆ ਸਕੂਲ ਦੇ ਬਾਹਰ G ਤੇ ਹਨਾ ਨਿਊ ਡਿਸੇਬਲਡ ਪਾਰਕਿੰਗ ਕਿੱਥੇ ਹੋ ਗਈ ਆਪਣੀ C ਤੇ ਸਾਈਡ ਰੋਡ ਟੁਵਾਰਡਸ ਦਾ ਬੈਂਕ ਆਪਣੇ ਵਾਈਡੈਂਡ ਪੇਮੈਂਟ ਚਾਹੀਦਾ ਆਪਾਂ ਨੂੰ ਇਹ ਦੇਖੀ ਕਿੱਥੇ ਹੈ ਵਾਈਡੈਂਡ ਪੇਮੈਂਟ ਇਟਸ ਨੋਟ ਆਈ ਡੇਗਲ ਹੋਰ ਦੱਸਾਂ ਚਾਹੇ ਤੁਹਾਨੂੰ ਲੱਖ ਪਤਾ ਨਹੀਂ ਕਿ ਵਾਈਡੈਂਡ ਪੇਮੈਂਟ ਹੁੰਦਾ ਕੀ ਹੈ ਤੇ ਉਹਨੂੰ ਸਹੀ ਸੀਕ੍ਰੀਟ ਦੀ ਗੱਲ ਦੱਸਾਂ ਮੈਨੂੰ ਵੀ ਨਹੀਂ ਪਤਾ ਕੀ ਹੁੰਦਾ ਪਰ ਆਪਾਂ ਨੂੰ ਇਹ ਪਤਾ ਹੋਣਾ ਜਿਹਦੇ ਵੀ ਆਨਸਰ ਕਿਵੇਂ ਕੱਢਣਾ ਹੈ ਪੇਪਰ 'ਚ ਆਪਣੇ ਤੋਂ ਲਿਸਨਿੰਗ ਚ ਇਹ ਥੋੜੀ ਪੁੱਛੂਗਾ ਵੀ ਬਟੇ ਐ ਦੱਸੋ ਵਾਈਡੈਂਡ ਪੇਮੈਂਟ ਕੀ ਹੁੰਦਾ ਹੈ ਉਹਨੂੰ ਮਤਲਬ ਹੈ ਤੁਹਾਡੇ ਆਨਸਰ ਤੋਂ ਇਸ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਦੇਖੋ ਹੁਣ ਕੀ ਹੋਊਗਾ ਜੀ ਹੋ ਪ੍ਰੋਬਬਲੀ ਬੈਟਰ ਦਨ ਦ ਪ੍ਰੈਸੈਂਟ ਅਰੇਂਜਮੈਂਟ we also plan to widen the pavement हां वाइडन द पेवमेंट ਆਪ ਨੂੰ ਪਤਾ ਲੱਗਿਆ ਵੀ ਕੁਐਸਚਨ ਤੇ ਆ ਗਈ ਲੋਕੇਸ਼ਨ ਤੇ ਜਾਣੇ on school road on school road ਆਪ ਨੂੰ ਇਹ ਵੀ ਪਤਾ ਲੱਗਿਆ ਕਿ ਸਕੂਲ ਰੋਡ ਤੇ ਹੋਊਗਾ ਜੀ ਤਾਂ ਹੋ ਨਹੀਂ ਸਕਦਾ ਜਾਂ f ਜਾਂ ja h ਜਾਂ ਔਰ ਇੱਕ a b ਇਹਦੇ નીચે ਉਹ ਵੀ ਆਪਾਂ ਦੇਖ ਲਾਂਗੇ ਠੀਕ ਹੈ ਕੀ ਕਹਿੰਦੇ ਇਸ ਵੀ ਕੈਨ ਮੈਨੇਜ ਟੂ ਗੈਟ ਐਨ ਐਕਸਟਰਾ ਹਾਫ ਮੀਟਰ ਔਨ ਦਾ ਬੈਂਡ ਜਸਟ ਬਿਫੋਰ ਯੂ ਗੈਟ ਟੂ ਦਾ ਸਕੂਲ ਵੈਰੀ ਗੁੱਡ ਸਾਡੇ ਕੋਲ ਇੱਕ ਬੈਂਡ ਹੈ ਜਿੱਥੋਂ بس اسی سکول پہنچنے گا۔ ਤੁਸੀਂ ਦੇਖੋ ਵੀ ਬੈਂਡ ਤੋਂ ਸਕੂਲ ਕਿੱਥੇ ਪਹੁੰਚਾਂਗੇ ਆਪਾਂ? H ਐਕੂਰੇਟ ਆਂਸਰ H ਹੈ। ਦੇਖੋ 1 ਮੀਟਰ ਔਨ ਦਾ ਬੈਂਡ ਜਸਟ ਬਿਫੋਰ ਯੂ ਗੈਟ ਟੂ ਦਾ ਸਕੂਲ। ਸਕੂਲ ਪਹੁੰਚਣ ਤੋਂ ਪਹਿਲਾਂ ਇੱਕ ਬੈਂਡ ਹੈ। ਆ ਬੈਂਡ ਹੁੰਦਾ ਹੈਗਾ ਇਹਨੂੰ ਗੁਲਾਈ ਨੂੰ ਬੈਂਡ ਕਹਿੰਦੇ ਨੇ ਤਾਂ H ਆ ਆ ਗਿਆ ਹੋਰ ਕੋਈ ਨਹੀਂ ਹੈਗਾ। ਐਕੂਰੇਟ ਆਂਸਰ ਸਕੂਲ ਜਾਣ ਤੋਂ ਪਹਿਲਾਂ ਜਿਹੜਾ ਰਾਜ ਕੀ ਬੈਂਡ ਆਊਗਾ ਤਾਂ ਬੈਂਡ ਜਿਹਦਾ ਇੱਕੋ ਹੈ ਹੋਰ ਕੁਝ ਹੈ ਵੀ ਨਹੀਂ ਤਾਂ ਵਾਈਡੈਂਟ ਪੇਮੈਂਟ ਜਿਹੜਾ ਆ ਗਿਆ ਉਹ H on the same side of the road لو ਜੀ on the same side of the road ਵੀ ਆ ਗਿਆ finally we've introduced new restrictions on loading and unload. unloading ਲੋਡਿੰਗ ਤੇ ਅਨਲੋਡਿੰਗ ਦਾ ਰੈਸਟ੍ਰਿਕਸ਼ਨ ਆ ਗਿਆ ਆ ਹੈ ਤੇ ਆਪਾਂ ਇਹ ਦੇਖਣੇ ਵੀ ਇਹ ਕਿਹੜੀ ਜਗ੍ਹਾ ਤੇ ਹੈ ਹਨਾ ਲਾਸਟ ਕੁਐਸਚਨ ਹੈ ਬੱਚੇ ਮੈਪ ਦਾ ਤੇ ਆ ਲੋ green for the supermarket ਸੁਪਰਮਾਰਕਟ ਹੈ ਸੁਪਰਮਾਰਕਟ ਕਿੱਥੇ ਹੈ ਇੱਕ ਤਾਂ ਆ ਹੈ ਇੱਕ ਆਏ ਹੁਣ ਦੋ ਸੁਪਰਮਾਰਕਟ ਨੇ ਨਾ ਆ ਸੁਪਰਮਾਰਕਟ ਦਾ ਅਨਸਰ ਤਾਂ ਆ ਗਿਆ ਸੀਗਾ ਆ ਵੀ ਅਨਸਰ ਆ ਗਿਆ ਸੀ ਆ ਵੀ ਅਨਸਰ ਆ ਗਿਆ ਹੁਣ ਕਹਿੰਦਾ ਵੀ ਸੁਪਰਮਾਰਕਟ ਦੇ ਕੋਲ ਦੇਖੀ ਕਿੱਥੇ ਓਨਲੀ ਪੀ ਅਲੋਡ ਟੂ ਸਟਾਪ देयर ਬਿਫੋਰ 8am ਦੈਟਸ ਦ ਸੁਪਰਮਾਰਕਟ ਓਨ ਸਕੂਲ ਰੋਡ ਸੁਪਰਮਾਰਕਟ ਕਿਹੜੀ ਹੈ ਸਕੂਲ ਰੋਡ ਸਕੂਲ ਰੋਡ ਵਾਲੀ ਤਾਂ ਸੁਪਰਮਾਰਕਟ ਦੇ ਉੱਥੇ ਲੋਰੀਜ਼ ਨੂੰ ਖੜਾ ਰਿਹਾ ਦਾ ਬਣਿਆ ਕੀ ਬਣਿਆ ਪਾਈ ਐਕੂਰੇਟ ਅਨਸਰ ਆਏ ਤੁਸੀਂ ਸਭ ਤੋਂ ਪਹਿਲਾਂ ਇੰਨੀ ਕ ਦਿਮਾਗ ਚ ਕੰਮ ਲਾ ਕੇ ਚੱਲੋ ਮੇਰੇ ਕੋਲੇ ਆ ਮੈਪ ਸੀਗਾ ਮੈਂ ਕਰਿਆ ਕਿਵੇਂ ਸਭ ਤੋਂ ਪਹਿਲਾਂ ਮੈਂ ਟ੍ਰੈਫਿਕ ਨਿਊ ਟ੍ਰੈਫਿਕ ਲਾਈਟਸ ਨੇ ਜਿਹੜੀਆਂ ਉਹ ਜੱਜ ਕੀਤੀਆਂ ਸਕੂਲ ਰੋਡ ਤੇ ਹਾਈ ਸਟਰੀਟ ਦੇ ਬਿਲਕੁਲ ਟੱਕਰ ਸੀਗਾ ਤਾਂ ਈ ਸੈਕਿੰਡ ਮੇਰੇ ਕੋਲ ਪੈਡੈਸਟਰੀਅਨ ਕ੍ਰੋਸਿੰਗ ਸੀਗਾ ਮੈਨੇ ਕੀ ਕਰਿਆ ਸੁਪਰ ਹਾਈ ਸਟਰੀਟ ਦੇ ਵਿੱਚ ਸੁਪਰਮਾਰਕੀਟ ਤੇ ਉਹਦੇ ਫਰੰਟ ਆ ਗਿਆ ਪਾਰਕਿੰਗ ਅਲਾਉਡ ਉਹ ਕਹਿੰਦੇ ਵੀ ਹਲੇ ਪਾਰਕਿੰਗ ਨਾ ਲਾਇਬ੍ਰੇਰੀ ਦੇ ਅਗੇ ਅਲਾਉਡ ਨਹੀਂ ਹੈਗੀ ਪਰ ਅਸੀਂ ਅਲਾਉਡ ਕਰਵਾਵਾਂਗੇ ਤਾਂ ਬੀ ਆਇਆ ਨੋ ਨਿਊ ਪਾਰਕਿੰਗ ਸਾਈਨ ਬਿਲਕੁਲ ਐਂਟਰੈਂਸ ਤੇ ਸਕੂਲ ਦੇ ਦਿੱਤੇ ਸੀ ਉਹਨਾਂ ਨੇ ਨਿਊ ਡਿਸੇਬਲਡ ਪਾਰਕਿੰਗ ਸਪੇਸ ਇਸ ਇੱਕ ਸਾਈਡ ਰੋਡ ਹੈ ਬੈਂਕ ਦੇ ਟੁਵਾਰਡਸ ਸੀ ਵਾਈਡੈਂਟ ਪੇਮੈਂਟ ਕਹਿੰਦਾ ਇੱਕ ਬੈਂਡ ਪੈਂਦਾ ਸਕੂਲ ਪਹੁੰਚਣ ਤੋਂ ਪਹਿਲਾਂ ਦਾ ਬੈਂਡ ਐਚ ਤੇ ਲੋਰੀ ਹੈ ਜਿਹੜਾ ਉਹ ਸੁਪਰਮਾਰਕੀਟ ਹੈ ਪਰ ਜਿਹੜੀ ਸਕੂਲ ਰੋਡ ਵਾਲੀ ਸੁਪਰਮਾਰਕੀਟ ਹੈ ਤਾਂ ਆਏ ਹੈਪੀ ਯੈਸ ਸਰ ਲਾਈਟ ਔਨ ਕਰੀ ਕਲਾਸ ਸੀ ਇੱਕ ਵਾਰ ਦਿਖਾ ਦੇ ਕਲਾਸ ਨੂੰ ਸਾਰਿਆਂ ਨੂੰ ਦਿਖਾ ਦੇ ਇਧਰੋਂ ਪਿੱਛੇ ਸਾਰੇ ਹਾਈ ਕਰੋ एवरीवन ਸ਼ੋ ਯਰ ਹਾਈ ਥੈਟ ਵੁੱਡ ਬੀ ਔਨ ਯੂਟਿਊਬ ਹਾਂ ਬੇਚੇ ਮੂ ਕਰ ਸਕਦੇ ਤੁਸੀਂ ਸਾਰੇ ਲਗਭਗ देखो हेलो हाय टू एवरीवन सो एवरीवन दिस इज माय ऑफलाइन क्लास एंड होप दैट इधर ले हाय बड़ी थोड़ी करते हैं हाई एवरी वन यस गुड गड तो बहुत ही मशहूर हो ना सो लव यू लग गया थैंक यू सो मच टेक केयर गुड बाय रमन शर्मा